ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿੱਖਾਂ ਉੱਤੇ ਹੋ ਰਹੀਆਂ ਨਸਲੀ ਹਮਲਿਆਨੀਆਂ ਸਮੇਂ-ਸਮੇਂ ਬਾਅਦ ਕਿਸੇ ਨਾ ਕਿਸੇ ਪਾਸਿਓਂ ਖਬਰਾਂ ਆ ਹੀ ਜਾਂਦੀਆਂ ਨੇ ਚਾਹੇ ਅਮਰੀਕਾ ਹੋਵੇ ਕੈਨੇਡਾ ਹੋਵੇ ਯੂਕੇ ਹੋਵੇ ਜਾਂ ਆਸਟ੍ਰੇਲੀਆ ਹਰ ਮੁਲਕ ਦੇ ਵਿੱਚ ਸਿੱਖਾਂ ਦੇ ਉੱਤੇ ਕਦੇ ਨਾ ਕਦੇ ਨਸਲੀ ਹਮਲੇ ਹੁੰਦੇ ਹੀ ਆਇਨੀ ਹਾਲ ਹੀ ਦੇ ਵਿੱਚ ਇੱਕ ਮਾਮਲਾ ਲੰਡਨ ਅੰਟੈਰੀਓ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਯੁਵਕ ਦੇ ਨਾਲ ਗੋਰੇ ਦੀ ਬਹਿਸ ਹੋਈ ਅਤੇ ਉਸ ਬਹਿਸ ਦੌਰਾਨ ਗੋਰੇ ਨੇ ਸਿੱਖ ਯੁਵਕ ਦੀ ਪਗੜੀ ਉਤਾਰ ਦਿੱਤੀ ਬਸ ਫੇਰ ਕੀ ਸੀ ਉਸ ਸਿੱਖ ਯੁਵਕ ਨੇ ਕਾਨੂੰਨ ਹੱਥ ਵਿੱਚ ਨਾ ਲੈਂਦਿਆਂ ਹੋਇਆਂ ਪੁਲਿਸ ਨੂੰ ਉਸ ਦੀ ਇਤਲਾਹ ਕੀਤੀ ਅਤੇ ਉਸ ਤੋਂ ਬਾਅਦ ਪੁਲਿਸ ਨੇ ਜੋ ਕੀਤਾ ਆਓ ਤੁਹਾਨੂੰ ਵਖਾਣੇ ਆ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੀਰਾਂ ਨੂੰ ਉਹ ਦੇਖੋ ਸਾਹਮਣੇ ਪੰਜ ਪੁਲਿਸ ਵਾਲੇ ਵੀ ਪੰਜ ਪੁਲਿਸ ਵਾਲਿਆਂ ਨੇ ਇੱਕ ਗੋਰਾ ਦੱਬਿਆ ਹੋਇਆ ਗੋਰਾ ਵੀ ਕੈਨੇਡਾ 'ਚ ਕਿਵੇਂ ਦੱਬਿਆ ਆਪਣੇ ਇੱਕ ਮੁੰਡੇ ਦੇ ਇਹਨੇ ਪੱਗ ਲਾਈ ਸੀਗੀ ਇਹਨੇ ਪੰਜਾਬੀ ਮੁੰਡੇ ਦੀ ਪੱਗ ਲਾਈ ਤੇ ਮੁੰਡੇ ਨੇ ਆਪਣੇ ਨੇ ਪੁਲਿਸ ਨੂੰ ਕਾਲ ਕਰਤੀ ਪੁਲਿਸ ਆ ਗਈ ਪੁਲਿਸ ਨੇ ਆਉਂਦੇ ਸਾਰ ਜਦੇ ਦੱਬ ਲਿਆ ਦੇ ਲੋ ਥੱਲੇ ਦੱਬਿਆ ਪਿਆ ਵਾ ਗੋਰਾ ਤੇ ਅੱਜ ਇਹਨੂੰ ਪਤਾ ਲੱਗ ਗਿਆ ਵੀ ਲੈ ਵੀ ਆਸ ਤੋਂ ਬਾਅਦ ਕਦੇ ਪੱਗ ਨੂੰ ਹੱਥ ਨਹੀਂ ਲਾਉਣੀ ਹੈਗੀ। ਨਾਲ ਕਰਕੇ ਕੈਨੇਡਾ 'ਚ ਆਪਣੇ ਸਾਰੇ ਬੰਦਿਆਂ ਦਾ ਬਹੁਤ ਫਾਇਦਾ ਵਾ। ਯਾਨੀ ਆਏ ਕੋਈ ਕਿਸੇ ਨੂੰ ਹੱਥ ਨਹੀਂ ਲਾ ਸਕਦਾ ਇਹ। ਕਿਸੇ ਦੀ ਇੰਨੀ ਹਿੰਮਤ ਨਹੀਂ। ਕੋਈ ਕਿਸੇ ਨੂੰ ਹੱਥ ਲਾ ਜੇ ਉਹ ਦੇਖੋ ਪੰਜ ਪੁਲਿਸ ਵਾਲਿਆਂ ਨੇ ਐਨ ਦੱਬਿਆ ਹੋਇਆ ਪਹਿਲਾਂ ਤਾਂ ਕੁੱਟਿਆ ਕੁੱਟ ਕੇ ਥੱਲੇ ਦੱਬ ਲਿਆ ਹੁਣ ਪੰਜ ਗੱਡੀਆਂ ਪੁਲਿਸ ਦੀਆਂ ਖੜੀਆਂ ਨੇ। ਉਹ ਦੇਖੋ ਐਂਬੂਲੈਂਸ ਵੀ ਆ ਗਈ ਇਹਦਾ ਇਲਾਜ ਵੀ ਕਰਨਗੇ ਫਿਰ ਇਹਦਾ ਕਟਾਪਾ ਵੀ ਕਰਨਗੇ ਉਹ ਦੇਖੋ ਇਹ ਗੱਲ ਆਪਣੇ ਲੰਡਨ 온ਟਾਰੀਓ ਕੈਨੇਡਾ ਦੀ ਆ ਇਸ ਸਮੇਂ ਦੁਪਹਿਰ ਦਾ 1:00 ਕੱਬੇ ਹੋਏ ਆ ਲਓ ਜੀ ਪਹਿਲਾਂ ਤਾਂ ਬੀਪੀ ਚੈੱਕ ਕਰਨਗੇ ਬੀਪੀ ਚੈੱਕ ਕਰਕੇ ਫਿਰ ਇਹਦਾ ਪੋਸਟ ਮਾਰਨ ਕਰਮਗੇ ਜੰਗੀਦਰਾ ਚਲੋ ਓਕੇ ਜੀ ਖਿਆਲ ਰੱਖਿਓ ਆਪਦਾ ਸਤਿ ਸ੍ਰੀ ਅਕਾਲ ਚੜਦੀ ਕਲਾ ਓਕੇ ਗੁਰਪਿਆਰੋ ਕਿਸੇ ਉੱਤੇ ਵੀ ਨਸਲ ਪੇਤੀ ਟਿੱਪਣੀ ਕਰਨਾ ਰੰਗ ਭੇਦ ਨੂੰ ਲੈ ਕੇ ਨਿਸ਼ਾਨਾ ਬਣਾਉਣਾ ਜਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਚਿੰਨ੍ਹਾਂ ਦਾ ਮਜ਼ਾਕ ਉਡਾਣਾ ਸਮਝਦਾਰ ਅਤੇ ਸੂਝਵਾਨ ਇਨਸਾਨਾਂ ਦੀ ਡਿਕਸ਼ਨਰੀ ਵਿੱਚ ਨਹੀਂ ਹੋਣਾ ਚਾਹੀਦਾ ਅਤੇ ਜੋ ਅਜਿਹਾ ਕਰਦੇ ਨੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਫਿਰ ਚਾਹੀਓ ਭਾਰਤ ਹੋਵੇ ਜਾਂ ਵਿਦੇਸ਼ ਅਤੇ ਕੈਨੇਡਾ ਜਿੱਥੇ ਦੁਨੀਆ ਦੇ ਵਿੱਚ ਭਾਰਤ ਤੋਂ ਬਾਅਦ ਸਭ ਤੋਂ ਵੱਧ ਪੰਜਾਬੀ ਵਸਦੇ ਨੇ ਅਤੇ ਜਿੱਥੇ ਦੇ ਸੰਸਦ ਮੈਂਬਰਾਂ ਤੋਂ ਲੈ ਕੇ ਡਿਫੈਂਸ ਮਨਿਸਟਰ ਤੱਕ ਪੰਜਾਬੀ ਨੇ ਉੱਥੇ ਗੋਰਿਆਂ ਨੂੰ ਸਿੱਖਾਂ ਵਾਸਤੇ ਜਾਗਰੂਕ ਕਰਨਾ ਕੋਈ ਔਖੀ ਗੱਲ ਨਹੀਂ ਪਰ ਹਾਂ ਲੋੜ ਹੈ ਤਾਂ ਸਹਜਤਾ ਦੀ ਸਮਝਦਾਰੀ ਦੀ ਜੇਕਰ ਅਸੀਂ ਸਹਿਜਤਾ ਤੇ ਸਮਝਦਾਰੀ ਦੇ ਨਾਲ ਚੱਲਾਂਗੇ ਤਾਂ ਹਰ ਕੋਈ ਇਹ ਗੱਲ ਬਹੁਤ ਆਸਾਨੀ ਦੇ ਨਾਲ ਸਮਝ ਜਾਵੇਗਾ ਕਿ ਸਿੱਖ ਕੌਮ ਦਾ ਹਰ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ ਤੇ ਸਰਬੱਤ ਦੇ ਭਲੇ ਵਾਸਤੇ ਹੀ ਉਹ ਹਰ ਕਿਸੇ ਲਈ ਖੜਾ ਹੈ ਇਸ ਕਰਕੇ ਜੇਕਰ ਕਦੀ ਕੋਈ ਵੀ ਕਿਸੇ ਦੇ ਉੱਤੇ ਵੀ ਨਸਲਪੇਤੀ ਟਿੱਪਣੀ ਕਰੇ ਜਾਂ ਅਪਸ਼ਬਦਾਂ ਦੀ ਵਰਤੋਂ ਕਰੇ ਤਾਂ ਤੁਸੀਂ ਸਮਝਦਾਰੀ ਅਤੇ ਸੂਝ ਦੇ ਨਾਲ ਉਸ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਿਓ ਨਾ ਕਿ ਤੈਸ ਜਿ ਆ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਕੋਸ਼ਿਸ਼ ਕਰਿਓ ਜੇ ਵਿਚਾਰ ਚੰਗੇ ਲੱਗੇ ਹੋਣ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਤੁਸੀਂ ਕਮੈਂਟਸ 'ਚ ਵਿਅਕਤ ਕਰ ਹੀ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵਿਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ